घर को बाप रिसाए, बाप रिसाए। दूध पियो गोविंद राय, दूध पियो पियाए भगत कर गया। दूध पियाए भगत कर गया, नाम में हर दर्शन पया। दूध पियो गोविंद राय, दूध पियो मेरो मन पति आए। घर को बाप रिसाए, बाप रिसाए। दूध पियो गोविंद राय, दूध पियो आज का हमारा टॉपिक है कंटेंटमेंट, संतोष, संतोखी कैसे हूं। और हम समझ रहे हैं कि हमको संतोख कहां से साथ छोड़ गया और कहां से तृष्णा आके चमड़ गई। जो साढ़े अंदर है जिहड़ी मन की भुख है ना, ऐ तृष्णा सानू समझनी है अज। काश ऐ वाली गल सिर्फ समझ आ जाए। कह नानक गुरप्रसादी, जिन्ना लिव लागी तिन्नी विचे माया पाया। फिर असी सारी दुनिया के गिजमो गैजेट्स तो लैके दुनिया के धन पदार्थ के विच सानू जीना आ जाएगा। इनू कहिंदे ने जैसे जल मैं कमल निरालम, मुरगाई नसाणे अंजन माए निरंजन रही है। पर सानू जीना आ नहीं रहा, असी कंसर्नड हाँ,
ਅਸੀਂ ਬਿਨਾਂ ਕਨੈਕਸ਼ਨ ਦੇ ਉਹਦੇ ਪਿੱਛੇ ਜਿਹੜਾ ਦੌੜ ਰਹੇ ਹਾਂ ਨਾ, ਉਹ ਸਾਡੀ ਸਟੇਟ ਆਫ ਮਾਈਂਡ। ਕਿਸੇ ਨੇ ਇੱਕ ਵਾਰੀ ਸਟੋਰੀ ਵਿੱਚ ਪੁੱਛਿਆ ਸੀ ਕਿਸੇ ਨੂੰ ਕਿ ਇਹ ਜੋ ਸਾਹਮਣੇ ਰਾਜੇ ਕਾ ਮਹਿਲ ਹੈ, ਇਸਕੋ ਮੈਂ ਦੇਖਣਾ ਚਾਹਤਾ ਹੂੰ। ਤਾਂ ਉਹ ਸਾਧੂ ਉਹਨੂੰ ਕਹਿੰਦਾ, ਤੁਸੀਂ ਇਸ ਮਹਿਲ ਨੂੰ ਦੇਖ ਕੇ ਆਓ, ਸਾਰਾ ਮਹਿਲ ਦੇਖ ਕੇ ਆਉਣਾ, ਰਾਜਾ ਮੇਰਾ ਵਾਕਫ ਹੈ, ਮੇਰਾ ਨਾਂ ਲੈ ਦੇਣਾ, ਰਾਜਾ ਤੁਹਾਨੂੰ ਮਹਿਲ ਦਾ ਇੱਕ ਇੱਕ ਕਮਰਾ, ਇੱਕ ਇੱਕ ਵਧੀਆ ਵਧੀਆ ਦੀਵਾਨੇ ਖਾਸ ਤੋਂ ਦੀਵਾਨੇ ਆਮ ਸਭ ਕੁਛ ਦਿਖਾਏਗਾ। ਪਰ ਮੇਰੀ ਇੱਕ ਸ਼ਰਤ ਹੈ, ਤੁਸੀਂ ਮਹਿਲ ਦੇ ਅੰਦਰ ਜਾਣ ਵੇਲੇ ਆਪਣੇ ਮੂੰਹ ਵਿੱਚ ਇੱਥੇ ਇੱਕ ਚਮਚ ਨੂੰ ਪਕੜਨਾ, ਚਮਚ ਦੇ ਵਿੱਚ ਪਾਇਆ ਹੈ ਤੇਲ, ਸਾਰਾ ਮਹਿਲ ਦੇਖ ਕੇ ਆਉਣਾ, ਤੇਲ ਦੀ ਇੱਕ ਬੂੰਦ ਨਹੀਂ ਗਿਰਨੀ ਚਾਹੀਦੀ। ਉਹ ਸਾਰਾ ਮਹਿਲ ਦੇਖ ਕੇ ਆਇਆ, ਆ ਕੇ ਉਸ ਸਾਧੂ ਨੂੰ ਕਹਿੰਦਾ, ਮੈਂ ਮਹਿਲ ਦੇਖ ਆਇਆ। ਸਾਧੂ ਕਹਿੰਦਾ, ਕੀ ਦੇਖਿਆ? ਕਹਿੰਦਾ, ਕੁਛ ਵੀ ਨਹੀਂ। ਕਹਿੰਦਾ, ਕਿਉਂ? ਕਹਿੰਦਾ, ਸਾਰਾ ਮਹਿਲ ਦੇਖਦਿਆਂ ਦੇਖਦਿਆਂ ਮੈਨੇ ਚਮਚ ਮੇ ਹੀ ਧਿਆਨ ਰੱਖਾ, ਬੂੰਦ ਨਾ ਗਿਰ ਜਾਏ। ਬਸ ਇਹ ਪ੍ਰੋਬਲਮ ਸਾਨੂੰ ਸਮਝ ਨਹੀਂ ਆ ਰਹੀ ਕਿ ਇਹ ਜਿਹੜੀ ਮਨ ਦੀ ਖੇਡ ਹੈ, ਆਇਲ ਵਿੱਚ ਧਿਆਨ, ਜਿਹੜਾ ਆਇਲ ਡਿੱਗ ਨਾ ਪਵੇ, ਫੀਅਰ ਆਫ ਲੂਜ਼ਿੰਗ ਟਾਈਮ ਐਂਡ ਮਨੀ ਐਂਡ ਦੁਨਿਆਵੀ ਪਦਾਰਥ, ਫੀਅਰ, ਉਹ ਆਇਲ ਡਿੱਗ ਨਾ ਪਵੇ, ਇਹ ਸਾਨੂੰ ਕੁਛ ਵੀ ਨਹੀਂ ਦੇਖਣ ਦਿੰਦਾ। ਅਸੀਂ ਟੋਟਲੀ ਬਲਾਈਂਡ ਹੋ ਜਾਂਦੇ ਹਾਂ, ਸਾਨੂੰ ਕੁਛ ਸਮਝ ਹੀ ਨਹੀਂ ਆਉਂਦੀ ਜੀਵਨ ਜਾਂਚ ਕਿਵੇਂ ਸਿੱਖੀਏ। ਇਹ ਸਾਡੇ ਇਸ ਅੱਜ ਦੇ ਟੋਪਿਕ ਦੇ ਵਿੱਚ ਫਿਰ ਅਗਲਾ ਟੋਪਿਕ ਸ਼ੁਰੂ ਹੋਏਗਾ, ਸਾਡਾ ਕਿਹੜਾ ਵਿਜ਼ਨ ਬਣ ਜਾਂਦਾ ਹੀਰਨ ਵਰਗਾ, ਉਹਨੂੰ ਮ੍ਰਿਗ ਜੱਲੀ ਕਹਿੰਦੇ ਨੇ, ਉਹਨੂੰ ਮ੍ਰਿਗ ਨੈਨੀ ਕਹਿੰਦੇ ਨੇ, ਉਹਨੂੰ ਮਿਰਾਜ ਕਹਿੰਦੇ ਨੇ, ਉਹ ਓਏਸਿਸ ਦੇ ਉੱਥੇ ਜਾ ਕੇ ਕੀ ਉਹਦੇ ਨਾਲ ਵਾਪਰਦਾ ਹੈ, ਉਹ ਸਾਰਾ ਸੀਨ ਅਸੀਂ ਡਿਸਕਸ ਕਰਾਂਗੇ। ਉਹਨੂੰ ਮ੍ਰਿਗ ਨੈਨੀ ਕਹਿੰਦੇ ਨੇ, ਉਹਨੂੰ ਹਰਨਾਖੀਏ ਕਹਿੰਦੇ ਨੇ, ਉਹਨੂੰ ਹੀਰਨ ਵਾਲੀਆਂ ਅੱਖਾਂ ਕਹਿੰਦੇ ਨੇ, ਦੁਨਿਆਵੀ ਪਦਾਰਥ ਨੂੰ ਆਪਣਾ ਮਾਈ ਬਾਪ ਬਣਾ ਲੈਣਾ, ਉਹਨੂੰ ਕਹਿੰਦੇ ਨੇ ਹਰਨਾਖਸ਼ ਕਾ ਬੇਟਾ ਬਣ ਗਿਆ। ਪ੍ਰਹਲਾਦ ਕਹਿੰਦਾ ਸਾ, ਮੈਂ ਤੇਰਾ ਬੇਟਾ ਨਹੀਂ ਹੂੰ, ਮੇਰਾ ਮਾਈ ਬਾਪ ਰੱਬ ਜੀ ਹੈ, ਤੂੰ ਨਹੀਂ ਹੈ। ਹੁਣ ਇਸ ਗੱਲ ਨੂੰ ਸਮਝਣ ਵਾਸਤੇ ਉਹ ਸਾਧੂ ਉਹਨੂੰ ਕਹਿੰਦਾ, ਅੱਛਾ ਇਸ ਵਾਰੀ ਜਾਓ, ਆਇਲ ਚਾਹੇ ਸਾਰਾ ਗਿਰ ਜਾਏ, ਫਿਰ ਦੇਖ ਕੇ ਆਓ। ਉਹ ਸਾਰਾ ਦੇਖ ਕੇ ਆਇਆ, ਆਇਲ ਚਮਚ ਤੋਂ ਡਿੱਗ ਪਿਆ ਸੀ, ਲੇਕਿਨ ਸਾਰਾ ਦੇਖ ਕੇ ਆਇਆ, ਮੀਨਸ ਉਹਦੇ ਧਿਆਨ ਉੱਥੇ ਨਹੀਂ ਸੀ। ਇਹ ਹੀ ਮਨ ਦੀ ਖੇਡ ਸਾਨੂੰ ਸਮਝਣੀ ਹੈ ਕਿ ਅਸੀਂ ਸੋਚ ਰਹੇ ਹਾਂ ਘਾਟੇ ਨਾ ਪੈ ਜਾਣ, ਮੈਂ ਅੱਜ ਤੱਕ 6 ਕਰੋੜ ਕਮਾਏ ਨੇ, ਉਹ 6 ਕਰੋੜ ਤਾਂ ਰਹਿਣ ਮੇਰੇ ਅਸੈਟਸ, ਅਗਲਾ ਚਾਹੀਦਾ ਹੈ, ਘੱਟ ਨਾ ਜਾਏ। ਇਸ ਚੱਕਰ ਦੇ ਵਿੱਚ ਸਾਨੂੰ ਆਪਣੇ ਟੱਬਰ ਦੇ ਨਾਲ, ਆਪਣੇ ਲੋਕਾਂ ਦੇ ਨਾਲ, ਆਪਣੇ ਪਰਿਵਾਰ ਦੇ ਨਾਲ ਜੀਣਾ ਨਹੀਂ ਆ ਰਿਹਾ। ਉੱਤੋਂ ਅਸੀਂ ਆਪਣੇ ਬੱਚੇ ਪੜ੍ਹਾ ਲਏ ਅਤੇ ਬੱਚੇ ਪੜ੍ਹਾਏ, ਮੈਨੂੰ ਯਾਦ ਹੈ ਇੱਕ ਦਾ ਬੇਟਾ ਬਣ ਗਿਆ, 2 ਬੇਟੇ ਸੀ, ਇੱਕ ਦਾ ਬੇਟਾ ਬਣ ਗਿਆ ਡਾਕਟਰ, ਦੂਜਾ ਬੇਟਾ ਬਣ ਗਿਆ ਇੰਸ਼ੋਰੈਂਸ ਏਜੰਟ, ਪਿਓ ਦਾ ਹੋ ਗਿਆ ਐਕਸੀਡੈਂਟ। ਡਾਕਟਰ ਕਹਿੰਦਾ, ਪਾਪਾ ਮੈਂ ਆਪਕੋ ਇੱਕ ਹਫ਼ਤੇ ਮੈਂ ਠੀਕ ਕਰ ਦੂੰਗਾ, ਆਪ ਮੇਰੀ ਇਹ ਵਾਲੀ ਦਵਾਈ ਖਾਓ, ਮੇਰੇ ਕਲੀਨਿਕ ਮੇ ਆਓ, ਔਰ ਇਹ ਵਾਲੀ ਸਰਜਰੀ ਕਰਾਓ। ਉਹ ਕਹਿੰਦਾ, ਮੇਰਾ ਦੂਜਾ ਬੇਟਾ ਕਹਿ ਰਿਹਾ ਇੰਸ਼ੋਰੈਂਸ ਵਾਲੇ ਸਾਰੇ ਪਰੂਫ ਮੰਗਦੇ ਨੇ, ਠੀਕ ਨਹੀਂ ਹੋਣਾ, ਪਰੂਫ ਰੱਖਣੇ। ਕਹਿੰਦਾ, ਮੈਨੂੰ ਸਮਝ ਨਹੀਂ ਆ ਰਹੀ ਇਸ ਬੇਟੇ ਦੀ ਮੰਨਾ ਕਿ ਇਸ ਬੇਟੇ ਦੀ ਮੰਨਾ। ਸਾਨੂੰ ਇਹ ਖੇਡ ਨਹੀਂ ਸਮਝ ਆ ਰਹੀ, ਬਿਕੋਜ਼ ਵੀ ਆਰ ਪਰਸਿਊਇੰਗ ਦਾ ਮੈਟੀਰੀਅਲ ਪੁਜੈਸ਼ਨਸ ਫੋਰ ਆਵਰ ਵੈਲ ਬੀਂਗ ਵੈਨ ਵੀ ਆਰ ਟੈਂਸਡ, ਵੈਨ ਵੀ ਆਰ ਸਟ੍ਰੈਸਡ। ਜਦੋਂ ਸਾਨੂੰ ਟੈਂਸ਼ਨ ਹੈ ਕਿ ਮੈਂ ਚੀਜ਼ਾਂ ਆਪਣੇ ਪੁਜੈਸ਼ਨ ਵਿੱਚ ਰੱਖਣੀਆਂ ਨੇ, ਇਸ ਵੇਲੇ ਸਾਨੂੰ ਇਹ ਵਾਲੀ ਵਿਜ਼ਡਮ, ਇਹ ਵਾਲੀ ਅਕਲ ਸਮਝ ਨਹੀਂ ਆ ਰਹੀ ਕਿ ਮੈਂ ਕਿਸ ਤਰ੍ਹਾਂ ਲੂਜ਼ ਕਰ ਸਕਦਾ ਹਾਂ। ਲੂਜ਼ ਕਰਨ ਵਾਲੀ ਸੋਚ ਮੈਨੂੰ ਸਮਝ ਕਿਸੇ ਤਰ੍ਹਾਂ ਆ ਜਾਏ। ਸੋ ਰੀਅਲ ਇੰਡੀਪੈਂਡੈਂਸ ਇਜ਼ ਨੋ ਡਿਪੈਂਡੈਂਸ ਔਨ ਵਰਲਡਲੀ ਥਿੰਗਸ। ਲੇਕਿਨ ਸਾਡੀ ਜਿਹੜੀ ਇਹ ਹੈ ਆਦਤ ਕਿ ਹੁਣ ਏਅਰ ਕੰਡੀਸ਼ਨ ਦੇ ਬਿਨਾਂ ਰਹਿ ਹੀ ਨਹੀਂ ਸਕਦੇ ਹਾਂ, ਬੱਤੀ ਔਰ ਕੂਲਰ ਦੇ ਬਿਨਾਂ ਰਹਿ ਹੀ ਨਹੀਂ ਸਕਦੇ ਹਾਂ। ਇਹ ਜਿਹੜੀ ਡਿਪੈਂਡੈਂਸ ਹੈ ਨਾ, ਉਹ ਡਿਪੈਂਡੈਂਸ ਦੀ ਸਟੇਟ ਆਫ ਮਾਈਂਡ, ਮਨ ਦਾ ਭੁੱਖਾ ਹੀ ਤ੍ਰਿਸ਼ਨਾ ਹੈ। ਬਸ ਇਸ ਨੂੰ ਅਸੀਂ ਸਮਝਣਾ, ਜੇ ਸੁੱਖ ਦੇ ਤਾਂ ਤੁਝੇ ਅਰਾਧੀ, ਦੁੱਖ ਵੀ ਜੀ ਤੁਝੇ
ਧਿਆਈ ਜੇ ਭੁੱਖ ਦੇ ਤਾਂ ਇਤ ਹੀ ਰਾਜਾਂ ਦੁੱਖ ਵਿੱਚ ਸੁੱਖ ਮਨਾਈ। ਪਰ ਸਾਨੂੰ ਡਰ ਹੈ ਕਿ ਚੀਜ਼ਾਂ ਮੇਰੇ ਤੋਂ ਲੂਜ਼ ਨਾ ਹੋ ਜਾਣ, ਇਸ ਕਰਕੇ ਵੀ ਆਰ ਟੂ ਬਿਜ਼ੀ। ਅਸੀਂ ਕਦੋਂ ਮੁੜਾਂਗੇ, ਹਮ ਕਬ ਰੁਕੇਂਗੇ। ਮੈਨੂੰ ਯਾਦ ਹੈ ਅਮੈਰੀਕਾ ਦੇ ਵਿੱਚ ਇੱਕ ਵੀਲ ਚੇਅਰ ਦੇ ਉੱਤੇ ਇੱਕ ਭਰਾ ਆਪਣੇ ਛੋਟੇ ਭਰਾ ਨੂੰ ਲੈ ਕੇ ਜਾ ਰਿਹਾ ਸੀ। ਇਸ ਵੱਡੇ ਭਰਾ ਨੇ ਪੱਥਰ ਚੁੱਕਿਆ ਔਰ ਇੱਕ ਜੈਗੁਆਰ ਕਾਰ ਜਾ ਰਹੀ ਸੀ, ਉਸ ਤੋਂ ਪਹਿਲਾਂ ਜਿਹੜੀ ਕਾਰ ਗਈ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਕੋਈ ਕਾਰ ਨਹੀਂ ਰੁਕੀ। ਇਸ ਨੇ ਪੱਥਰ ਚੁੱਕਿਆ, ਜੈਗੁਆਰ ਕਾਰ ਉੱਤੇ ਮਾਰਿਆ, ਜੈਗੁਆਰ ਕਾਰ ਵਾਲਾ ਰੁਕ ਗਿਆ, ਗੁੱਸੇ ਦੇ ਨਾਲ ਆਇਆ, ਪਕੜ ਲਿਆ ਉਹਦਾ ਕੰਨ। ਮੇਰੀ ਇਤਨੀ ਮਹਿੰਗੀ ਕਾਰ ਹੈ, ਤੁਮਨੇ ਪੱਥਰ ਮਾਰਾ, ਡੈਂਟ ਪੜ ਗਿਆ, ਮਾਲੂਮ ਹੈ ਕਿਤਨਾ ਖਰਚਾ ਹੋਗਾ, ਕਿਉਂ ਮਾਰਾ ਪੱਥਰ? ਕਹਿੰਦਾ ਮੇਰਾ ਛੋਟਾ ਭਾਈ ਵੀਲ ਚੇਅਰ ਸੇ ਗਿਰ ਗਿਆ, ਮੇਰੇ ਕੋ ਕਿਸੀ ਕੀ ਹੈਲਪ ਚਾਹੀਏ, ਹੱਥ ਲਗਵਾ ਦੋ ਉਸਕੋ ਦੁਬਾਰਾ ਵੀਲ ਚੇਅਰ ਪੇ ਬਿਠਾਉਣਾ। ਜੈਗੁਆਰ ਕਾਰ ਦਾ ਮਾਲਕ ਲਿਖਦਾ ਹੈ, ਮੈਨੂੰ ਤੇ ਗੁੱਸਾ ਚੜਿਆ ਸੀ, ਉਸਨੇ ਗੁੱਸੇ ਦਾ ਮੇਰਾ ਨਸ਼ਾ ਇਕਦਮ ਉਤਾਰ ਕੇ ਰੱਖ ਦਿੱਤਾ ਕਿ ਮਾਈ ਗੋਡ, ਅਸੀਂ ਸਾਰੇ ਇਤਨੀ ਸਪੀਡ ਵਿੱਚ ਬਸ ਚੱਲੀ ਜਾ ਰਹੇ ਹਾਂ, ਚੱਲੀ ਜਾ ਰਹੇ ਹਾਂ, ਅੱਲੇ ਸਾਨੂੰ ਕੋਈ ਵੱਟਾ ਮਾਰ ਕੇ ਰੋਕੇ ਕਿ ਜ਼ਰੂਰਤ ਹੈ ਤੁਹਾਰੀ। ਪਤਾ ਕਿਉਂ ਅਸੀਂ ਇੰਝ ਕਰ ਰਹੇ ਹਾਂ? ਪ੍ਰੋਫਿਟ ਚਾਹੀਏ, ਮਟੀਰੀਅਲ ਪਦਾਰਥ ਕਾ ਸਕਸੈਸ ਚਾਹੀਏ। ਸਾਨੂੰ ਸਾਡੇ ਚਾਰੋਂ ਪਾਸੇ ਮਨੁੱਖ ਮਨੁੱਖ ਨਹੀਂ ਨਜ਼ਰ ਆ ਰਿਹਾ, ਸਾਨੂੰ ਸਾਡੀ ਸਿਰਫ ਉਹ ਬਿਰਤੀ, ਮੈਨੇ ਸੋਨਾ ਪੈਸਾ ਕਮਾਉਣਾ ਹੈ, ਮਨਾ ਕੌਣ ਕਰ ਰਿਹਾ ਕਮਾਉਣੇ ਕੋ? ਪਰ ਤੇਰੇ ਕੋਲ ਟਾਈਮ ਹੀ ਨਹੀਂ ਹੈ, ਤੂੰ ਆਪਣੇ ਇੱਕ ਕੌਂਕਰੀਟ ਦੇ ਏਅਰ ਕੰਡੀਸ਼ਨ ਰੂਮ ਦੇ ਅੰਦਰ ਫਸ ਗਿਆ। ਘਰੋਂ ਤੂੰ ਨਿਕਲੇਗਾ ਕੌਂਕਰੀਟ ਉੱਤੇ ਹੀ ਖੜਾ ਹੋਏਗਾ, ਮਾਰਬਲ 'ਤੇ। ਘਰੋਂ ਤੂੰ ਨਿਕਲੇਗਾ ਸ਼ੂਜ਼ ਪਾ ਲਏਗਾ, ਮਾਰਬਲ ਤੋਂ ਤੂੰ ਕਾਰ 'ਚ ਬੈਠ ਜਾਏਗਾ, ਕਾਰ ਦੇ ਨਾਲ ਤੂੰ ਮਾਰਬਲ ਵਾਲੇ ਆਫਿਸ ਚਲਾ ਜਾਏਗਾ, ਉੱਥੋਂ ਲਿਫਟ 'ਤੇ ਆਪਣੇ ਫਲੋਰ 'ਤੇ ਚਲਾ ਜਾਏਗਾ। ਮਾਰਬਲ 'ਤੇ ਤੂੰ ਤਾਂ ਮਦਰ ਅਰਥ ਨੂੰ ਟੱਚ ਵੀ ਨਹੀਂ ਕਰ ਸਕਦਾ ਪਿਆ, ਤੇਰੇ ਕੋਲ ਟਾਈਮ ਹੀ ਨਹੀਂ ਹੈ। ਅਸੀਂ ਕਦੋਂ ਇਹ ਵਾਲਾ ਸਮਾਂ ਕੱਢਾਂਗੇ ਆਪਣੇ ਬਾਰੇ ਸੋਚਣ ਦਾ? ਪਰ ਇਹ ਨਹੀਂ ਕੱਢ ਰਹੇ ਹਾਂ, ਇਸ ਕਰਕੇ ਲੋਕਾਂ ਨੇ ਲੋਕਾਂ ਵਾਸਤੇ ਚੈਰਿਟੀ ਕਰਨਾ, ਲੋਕਾਂ ਵਾਸਤੇ ਸਭ ਕੁਝ ਛੋੜ ਦਿੱਤਾ ਹੈ, ਦੂਜਿਆਂ ਦਾ ਭਲਾ ਮਨਾਉਣਾ, ਦੂਜਿਆਂ ਦਾ ਭਲਾ ਕਰਨਾ, ਦੂਜਿਆਂ ਨਾਲ ਸ਼ੇਅਰ ਕਰਨਾ, ਆਪਣੇ ਘਰ ਦਾ ਟਾਈਮ, ਆਪਣੇ ਟੱਬਰ ਦੇ ਟਾਈਮ 'ਚੋਂ ਟਾਈਮ ਕੱਢ ਕੇ ਸੈਕਰੀਫਾਈਸ ਕਰਕੇ ਦੂਜਿਆਂ ਵਾਸਤੇ ਕੁਝ ਕਰਨਾ ਛੋੜ ਦਿਆ ਲੋਕਾਂ ਨੇ। ਕਿਉਂ? ਤ੍ਰਿਸ਼ਨਾ ਜੋ ਸਤਾ ਰਹੀ ਹੈ, ਸੰਤੋਖ ਜੋ ਨਹੀਂ ਹੈ, ਕਿੱਥੋਂ ਲੋਕ ਬੰਦ ਹੋਏ? ਮੈਂ ਪੜ੍ਹ ਰਿਹਾ ਸੀ ਅਮੈਰੀਕਾ ਦੇ ਪੋਸਟ ਆਫਿਸ ਦੇ ਅੰਦਰ ਲੈਟਰਸ ਆਉਂਦੇ ਸੀ, ਐਡਰੈਸ ਠੀਕ ਨਹੀਂ ਸੀ ਲਿਖਿਆ ਹੁੰਦਾ, ਉਹਨਾਂ ਨੇ ਇੱਕ ਸੈਪਰੇਟ ਬਿਠਾ ਦਿੱਤਾ ਕਲਰਕ, ਸਾਰੇ ਲੈਟਰ ਦੇਖਾ ਕਰੋ, ਜਿਸ ਲੈਟਰ ਕੇ ਉੱਪਰ ਐਡਰੈਸ ਠੀਕ ਨਾ ਹੋ ਉਸਕਾ ਸੈਂਡਰ ਕੋ ਕਾਲ ਕਰੋ ਔਰ ਉਸੇ ਪ੍ਰੋਪਰ ਐਡਰੈਸ ਪੁੱਛੋ ਤਾਂ ਕਿ ਚਿੱਠੀ ਠੀਕ ਜਗ੍ਹਾ ਪਹੁੰਚ ਜਾਏ। ਸਾਧ ਸੰਗਤ, ਪੋਸਟ ਆਫਿਸ ਦਾ ਹੀ ਪਰਪਜ਼ ਹੁੰਦਾ ਨਾ, ਸਹੀ ਹੈ ਸੁਣੋ, ਉਹਦਾ ਇਹ ਤਾਂ ਮਤਲਬ ਨਹੀਂ ਹੈ ਇਸ ਮੈਂ ਐਡਰੈਸ ਠੀਕ ਨਹੀਂ ਹੈ ਇਸਕੋ ਫੈਂਕ ਦਿਉ, ਉਹਨਾਂ ਦਾ ਤਾਂ ਕੰਮ ਹੀ ਹੈ ਵੀ ਚਿੱਠੀ ਲੋਕਾਂ ਦੇ ਘਰ ਪਹੁੰਚ ਜਾਏ, ਰਾਈਟ? ਇੱਕ ਦਿਨ ਉਹ ਕਲਰਕ ਨੇ ਚਿੱਠੀ ਦੇਖੀ, ਚਿੱਠੀ 'ਤੇ ਐਡਰੈਸ ਲਿਖਿਆ ਸੀ ਗੋਡ। ਰੱਬ ਨੂੰ ਐਡਰੈਸ ਚਿੱਠੀ, ਸੈਂਡਰ ਦਾ ਕੋਨੇ 'ਤੇ ਐਡਰੈਸ। ਇਹਨੇ ਸਾਰੇ ਸਟਾਫ ਨੂੰ ਬੁਲਾਇਆ, ਬੜੀ ਅਜੀਬ ਬਾਤ ਹੈ, ਇਸ ਚਿੱਠੀ ਕੋ ਉੱਪਰ ਭਗਵਾਨ ਕਾ ਐਡਰੈਸ ਲਿਖਾ ਹੁਆ ਹੈ, ਗੋਡ ਕਾਂ ਭੇਜੇ ਇਸ ਚਿੱਠੀ ਕੋ? ਸਾਰਿਆਂ ਨੇ ਕਿਹਾ ਚਿੱਠੀ ਖੋਲੋ। ਕਲਰਕ ਨੇ ਚਿੱਠੀ ਖੋਲੀ, ਚਿੱਠੀ 'ਚ ਲਿਖਿਆ ਸੀ ਅਗਲੇ ਹਫ਼ਤੇ ਕ੍ਰਿਸਮਿਸ ਆ ਰਿਹਾ ਹੈ, ਗੋਡ ਜੀ ਮੇਰੀ ਸਿਸਟਰ ਆਏਗੀ ਆਪਣੇ ਬੱਚੋਂ ਕੇ ਸਾਥ, ਮੇਰੀ ਕਮਾਈ ਟੋਟਲ ਜਿਤਨੀ ਹੈ ਉਸੇ ਮੇਰਾ ਮਸਾਂ ਮੰਥਲੀ ਗੁਜ਼ਾਰਾ ਚਲਦਾ ਹੈ, ਪਰ ਕ੍ਰਿਸਮਿਸ ਦੇ ਉਹਨੂੰ ਗਿਫਟ ਵੀ ਦੇਣੇ ਨੇ ਔਰ ਉਹਦੇ ਵਾਸਤੇ ਮੈਨੂੰ ਦੋ ਟਾਈਮ ਦੀ ਰੋਟੀ ਵੀ ਖਵਾਉਣੀ ਹੈ, ਮੈਨੂੰ ਥੋੜ੍ਹੇ ਜਿਹੇ ਪੈਸੇ ਚਾਹੀਦੇ ਨੇ, ਇਫ ਯੂ ਗ੍ਰਾਂਟ ਮੀ $100 ਫੋਰ ਕਮਿੰਗ ਕ੍ਰਿਸਮਿਸ ਈਵ। ਇਹ ਸਾਰਿਆਂ ਨੇ ਸੋਚਿਆ ਵਿਚਾਰੀ ਕੋਈ ਗਰੀਬ ਹੈ, ਇਕੱਲੀ ਹੈ, ਲਿਮਿਟਿਡ ਕਮਾਈ,
चलो थोड़े जे तुम दे दो, थोड़े से तुम दे दो, थोड़े से तुम दे दो, कट्ठे करके इन्होंने ना डॉलर कट्ठे किए, 100 उन्हें मंगे सी, इन्हों का टोटल कट्ठा होया 96 डॉलर्स। इन्होंने 96 डॉलर्स उस लिफाफे पा के सेंडर्स के एड्रेस से भेज दिते। क्रिसमस निकल गया, क्रिसमस निकलन तो 3 दिन बाद लैटर फिर आया, अगेन एड्रेस टू गॉड। दिस क्लर्क ओपन्ड द लैटर इन फ्रंट ऑफ एवरीबडी इन द पोस्ट ऑफिस। लैटर पढ़िया, लैटर लिखा सी, गॉड जी तुहाडा बहुत बहुत धन्यवाद है, क्रिसमस ईव ते मैं रोटी भी उन्हां दी कर दित्ती, उन्हां दे बच्चियां नूं गिफ्ट भी दे दित्ते, मेरा क्रिसमस बहुत सोहना लंघ गया, तुहाडी मेहरबानी, मैं तुहाडे कोलों 100 डॉलर मंगे सी पर तुसी मैनू 96 भेजे, उहदे विच मेरा गुजारा तो चल गया, लगता है 4 डॉलर पोस्ट ऑफिस वालिया ने कढ ले। वाओ, सत संगत, ये वावा सुनन वास्ते फ्यूचर विच लोकां ने कंट्रीब्यूट करना और एक दूजे नू हेल्प करना छोड़ दिता। असी दूजियां ते संतोख करदे आ, सिखाया सी संतोख अपने ते, दूजे दे नाल हमदर्दी और प्यार करना सी, असी हमदर्दी प्यार तरस दूजे ते नहीं कीता और दूजे उत्ते संतोख लगा दिता। ठीक है, उसको इतने चाहिए, उसका गुजारा इसमें हो जाना चाहिए। असी पुट्ठी गेम कर रहे हैं ना, संतोख अपने बारे सीखना सी, नहीं सीखिया, संतोख दूजियां ते लगा दिता, तरस अपने ते करना शुरू कर दिता, करना अपोजिट सी, तरस दूजियां ते करिए, और सिर्फ तरस नहीं पैशन दे नाल बी एम्पथेटिक, एम्पैथी दे नाल, लोकां दे नाल मन दा प्यार होना चाहिए। सात संगत, इस प्यार विच जदों मैं अमेरिका तो जून जुलाई दी गर्मियां चांदा, मनु गर्मी नहीं लगती, मनु धुप नहीं लगती, मनु किसी भी किस्म दा मच्छर कोई नहीं सतांदा, मनु कोई मिट्टी कट्टा नहीं लगता, मनु लोकी अमेरिका कहिंदे ने इंडिया जा रहे हो, लोकी धोखेबाज ने, धक्केबाज ने, लोकी लुटते ने, लोकी मनु कुछ नहीं लगता, इतने सारे प्यार वाले लगते ने, बिकॉज मेरा तुहाडे सारे नाल प्यार है। इस प्यार दे विच साध संगत, जदों मैं पेपर्स तैयार कर रहा हुंदा, उस वेले मेरे पेपर पखे दे थले उड़ जाते ने, मैं पखा भी बंद कर देता, मैनू चाहे पसीना आ रहा है लेकिन मनु बहुत मजा आ रहा। सत्संग तेनू कहिंदे ने सबर अंदर साबरी, क्यों तन जालेन, होण नजीक खुदाए दे भेत ना किसे देन, भाव एक सबर है, एक संतोख है, हम तो जी ही लेते हैं, हम तो खा ही लेते हैं, औरों के लिए जीना सीखे, जीना उसका जीना है जो औरों को जीवन देता है। असी गुरुआ बारे पढ़ते हैं होरां वास्ते जीवे, होर धर्मां और अवतारां और बड़िया वास्ते पढ़ते हैं होरां वास्ते जीवे, असी किसे वास्ते जी रहे हैं, असी सिर्फ धार्मिक स्थान ते जाके अपनी मांग मांग रहे हैं, मैनू पुत्र दे दिओ, मैनू कार दे दिओ, मैनू सक्सैस दे दिओ, ये साडा मन कोई माला जप रहा है, इहदे बारे असी अगे डिस्कस करांगे। सो नैक्सट है कि कंटेंटमेंट गिवस बर्थ टू स्पिरिचुअलिटी। एक वारी यह गल असी ठीक तरीके नाल समझ लईए कि कंटेंटमेंट मैनू की सिखाती है, लेकिन असी उस सीखते नहीं। एक वारी जे असी कंटेंटिड हो जाइए, दैन नो डिपेंडेंस ऑन वर्ल्डली थिंग्स मेक्स अस पेशेंट एंड कंटेंटिड। दुनियावी पदार्थ सानू सबर ते संतोख सिखाते हैं, वरना साड़ी स्पीड बहुत है। पायलट कहिंदा, आई हैव गॉट बैड एंड गुड न्यूज़, बैड न्यूज़, मेरी जड़ी कंपास है, डायरेक्शनल कंपास, वो खराब हो गई है, बट गुड न्यूज़, आई एम मेंटेनिंग माई स्पीड।
साध संगत साडा सब का यह हाल नहीं है। असी उस तरह ही जैगुआर चला के और अपने जीवन में वो स्पीड चला नहीं रहे, कोई स्पीड असी बनाई हुई है क्योंकि सानू सबर संतोख नहीं है। साडे जिंदगी दे विच एक तूफान आया होया, साडा बेड़ा एक ओशन दे विच फसिया होया, तूफान दे विच फसिया होया। पर मैनू पता लगा कि सबर लफज कित्थों बनिया, वो जिहड़ा लंगर जिहड़ा एंकर सुटदे ने ना समुंदर दे अंदर शिप नूं रोकण वास्ते, अंदर जाके गड़ जांदा है शिप रुक जांदा है। तूफान विच डक्के डोले खाण वेले डुब ना जाए इस करके शिप नूं लंगर पा दिता जांदा है, उहनूं कहिंदे ने सबूर, उत्थों बनिया सबर। तेरी जिंदगी में तूफान आ रहा है, तू अनहैप्पी है, तू दुखी है, तू डिससैटिस्फाइड है, तू कंटेंटेड नहीं है, तेनू तृष्णा सता रही है, तू अपनी जिंदगी दे अंदर ना अपने इस शिप नू अपने बेड़े नू ना सबूर दे नाल इस एंकर दे नाल थोड़ा रोक, थोड़ा सोच समझ, तेनू इंट्रोस्पैक्शन चाहिए है। अज का शब्द जिहड़ा शब्द है दूध पियो गोबिंदे राए, नहीं तो घर को बाप रिसाए। तेरा मन पति आएगा नहीं, तू खुश होएगा नहीं, इस करके तैनू विजडम वाला दूध लेना पेगा। तेरा मन अशुद्ध हो गया, तेरे ऑर्गन्स अशुद्ध हो गए ने, अपवित्रता छा गई है सारी तेरे बॉडी उत्ते। एक नोशन है दुनिया में परम, वाइल शेयरिंग वन लूजिज टाइम एंड मनी एंड थिंग्स बट लर्नस पेशेंस एंड सैटिस्फैक्शन। यह पॉइंट मैं अपने ख्यालों नाल बनाया सी कि असी सब सोचते हाँ कि जे मैं दूजिया वास्ते टाइम कढ़ांगा, इस करके साडा पिता कहिंदा बेटा तुम धार्मिक कामों में मत लग जाना, सच मत करने लग जाना, ऑफिस कौन जाएगा, फिर बिजनेस कौन संभालेगा। इस करके साडे माँ प्यो हमेशा नाराज रहिंदे ने, वो कहिंदे ने शाम को कहीं पर शराब पीकर तेरे को डील करनी हो, प्रॉफिट ज़्यादा लेना हो, दैन कंज्यूम द टाइम, अदरवाइज डोंट वेस्ट योर टाइम। एज इफ हम बिल गेट्स से भी ज्यादा बड़े बिजनेसमैन हो गए हैं। बिल गेट्स ने भी पीछे डिक्लेयर कर दिता है कि मैं अपना 100% टाइम एंड मनी चैरिटी वास्ते लगावांगा, पर सानू एक गल समझ जो समझ नहीं आ रही, अफसोस सानू हैप्पीनेस नहीं आ रही। पर रियल हैप्पीनेस कंटेंटमेंट च है। हुण असी अपने शरीर नूं आनंद देना है, खुशी देनी है, जिहड़ियां चीज़ां दे पिछे दौड़ रहे हैं उदे वास्ते खुशी सानू देनी नहीं आ रही। साडे माँ प्यो असंतोखी ने, इस करके माँ प्यो साडे बच्चियां नू भी साडे समेत सब नू पदार्थां दी मुथाजी विच फसांदे ने, इस नू सुख रोग पिया कहिंदे ने। जितना असीं उदे विच फसदे हां उतना सुपरफ्लूअस कंज्यूमरिज्म दे विच फसदे चले जांदे हां, और कंज्यूमरिज्म दे विच फस के साड़ी मन की भुख पूरी नहीं होंदी, साड़ी मत ते बुद्ध ते सुरत भी सारी खराब हो जाती है, तृष्णा इसनू सतान लग पैंदी है। असी क्यों सुपरफ्लूअस चीज़ा खरीदन लगते हैं? उस जिहड़े नावल नू मैं कोट किया सी डॉन डलीलो दा नावल वाइट नॉइज दा, उहदे विच ओह कहिंदा है कि एक बंदा अपने नाटक करन वाली जगह ते हमेशा एक रोब पा के रखता सी, अपने उत्ते एक ऐसी पोशाक पा के रखता सी, उहदे विच उहदा बड़ा रोब नज़र आता सी, बड़ा उहदी परसनैलिटी डिग्निटी नज़र आती सी। पर जदों वह बंदा मिस्टर जैक जिहड़ा अनदर परसन सी उस नावल दे अंदर, उहनूं सुपरमार्केट दे अंदर मिलता है और सुपरमार्केट दे अंदर कहिंदा यू लुक लाइक हार्डलैस, उन्हें उसकी डिग्निटी नू चैलेंज किया कि आज तू वो पोशाक पाई नहीं हुई, तू कुछ लग ही नहीं रहा, तेरे अंदर तेरी डिग्निटी परसनैलिटी विच वो पावर नहीं लग रही है। उत्थे वो लिखता है दैट इज द रूट कॉज वैन वन थिंक्स टू बाय द थिंग्स टू हैव द पोजैशंस ऑफ द थिंग्स। मटीरियलिस्टिक वर्ल्ड के पोजैशंस नू बंदा इकट्ठा करना चाहता क्योंकि वो डिग्निटी नू चैलेंज होया, ईगो नू सट वजी कि माई गॉड आज उस पोशाक के बगैर मेरी परसनैलिटी नहीं लग रही है। उन्हें सब तो पहला पोशाक खरीदी, जिहड़ियां जिहड़ियां चीज़ां साढ़े चारों पासे सानू कोई कहिंदा है तुम्हारे पापा के पास वो वाला फोन नहीं है क्या, तुम्हारे पास वो वाली कार नहीं है क्या, तुम्हारा मकान वहाँ वाली कलोनी में है, तुम्हारे घर में ये भी नहीं है क्या, तुम्हारे घर प्लाज्मा टीवी नहीं है, जो यह सारा कुछ कोई करता साड़ी ईगो नू सट वजदी है। एंड एट दैट टाइम
वी आर कंपेल्ड टू गो फॉर सुपरफ्लूअस शॉपिंग, सुपरफ्लूअस थिंग्स टू बाय, दैट इज द कैच. इसका मतलब वो नीड नहीं थी, हमने बना ली. अपने आप नू उस तृष्णा दे जाल विच फसा लिया, साड़ी सूरत मत बुद्ध खराब हो गई. साडे मन दे फुरने ने, एदे संकल्प उठते ने, ए चाहिदा ए चाहिदा, शेख चिली दे पुलाव बनांदा है और वैसी ही सूरत बना लैंदा, उहदे अंदर मैमरी अंदर रखता है. उसके पास वो वाला फोन देखा था, उनकी बहू देखी थी, उनको शादी में वो वाली कार मिली थी, उनके घर गए ये वाली क्रॉकरी थी, सारा कुछ अपनी मैमरी विच रखता है. मन ने सुरत अते बुद्ध अते विचार अते ख्याल ऐसे बना दिते. हुन असी सिर्फ ते सिर्फ पुतला स्टैचू बन के रह गए तृष्णा दे अधीन. इसी नू कहंदे ने पोजेसिवनेस, वडप्पण दी, अमीरी बनन दी लालसा, उच्ची कुर्सी दी लालसा. यही पदार्थवाद दी पकड़ है. कुर्सी विच कुछ नहीं पिया, कुर्सी नहीं कुछ कह रही आओ आओ मेरे ऊपर बैठो, कुर्सी नहीं कह रही, पदार्थ नहीं कह रहे आओ आओ आओ. पदार्थ नू कुछ लेना देना नहीं है, पदार्थ विच ना पुण्य ना पाप है, पदार्थ माया नहीं है, पदार्थ तो एक मेटल है, सोना है, जेम्स ने, कागज दे नोट ने, इन्हां विच कुछ नहीं है, इट्टां ने, दीवारां ने, इन्हां नू माया नहीं कहंदे ने. सिर्फ मेरा मन, मेरी वो सोच जड़ी मनु रिश्वत ही लैन वास्ते मजबूर कर देती है, जड़ी मनु बनावटी चीज़ां वेचन वास्ते मजबूर कर देती है, जड़ी मनु झूठ दा काम कर करके भी बहु प्रपंच कर पर थान लियावा वास्ते ड्रैग कर लैंदी है, टेम्पटिंग कर लैंदी है. ओ माई गॉड, वेयर आई एम लॉस्ट. सात संगत, इस दे कारण होंदा की है, रिजल्ट निकलदा वी आर सैल्फिश, देन वी कैन नॉट शेयर. असी वंड छकना नहीं कर सकते, फिर वी कैन नॉट बी इंट्रोस्पेक्टिव.